ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਪੰਜਾਬ ਦੇ ਵਿੱਚ ਦੁਬਾਰਾ ਕਰਫਿਊ ਲਗਾਇਆ ਗਿਆ। ਨਾਭਾ ਸ਼ਹਿਰ ਦੇ ਵਿੱਚ DSP ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਨੇ ਲੋਕਾਂ ਨੂੰ ਅੰਦਰ ਵਾੜਿਆ ਅਤੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ, ਕਿਹਾ ਕਿ ਕਰਫਿਊ ਲੱਗਣ 'ਤੇ ਜੇ ਕੋਈ ਬਾਹਰ ਨਿਕਲਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। DM ਸਾਹਿਬ ਨੇ ਪਟਿਆਲਾ ਦੇ ਆਏ ਆ, ਉਹਨਾਂ ਬਾਰੇ ਅਸੀਂ ਸਾਰਿਆਂ ਨੂੰ ਜਿਹੜਾ ਹੈਗਾ ਦੱਸ ਰਹੇ ਹਾਂ। SDM ਸਾਹਿਬ ਵੀ ਨਾਲ ਹੀ ਹੈ, ਉਹ ਅਲੱਗ ਟੀਮ ਦੇ ਵਿੱਚ, SHO ਕੋਤਵਾਲੀ ਦੇ ਨਾਲ ਅਤੇ ਮੈਂ ਅਲੱਗ ਟੀਮ ਦੇ ਨਾਲ ਹੈ ਇੱਥੇ, ਅਤੇ ਅਸੀਂ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਜਾ ਕੇ ਲੋਕਾਂ ਨੂੰ ਵੀ ਜਾਣੂ ਕਰਵਾ ਰਹੇ ਹਾਂ। ਅਸੀਂ ਤੋਂ ਮੁਨਾਦੀ ਵੀ ਕਰਵਾ ਰਹੇ ਹਾਂ ਅਤੇ ਵੱਖ ਵੱਖ ਮਾਧਿਅਮ ਰਾਹੀਂ, ਮਤਲਬ ਵਟਸਐਪ ਰਾਹੀਂ, ਸੋਸ਼ਲ ਮੀਡੀਆ ਰਾਹੀਂ ਅਸੀਂ ਸਾਰਿਆਂ ਨੂੰ ਜਾਣੂ ਕਰਵਾ ਦਿੱਤਾ ਹੈ। ਜਿਹੜੇ ਹੁਕਮ ਨਹੀਂ ਪਾਲਣਾ ਕਰੂਗਾ ਉਹਦੇ ਖਿਲਾਫ਼? ਉਹਦੇ ਖਿਲਾਫ਼ ਜੀ ਜੋ ਬਣਦੀ ਕਾਰਵਾਈ ਹੈਗੀ ਹੈ ਸਾਡੀ 180 ਅਤੇ IPC ਦੀ, ਅਤੇ ਇਸ ਤਰ੍ਹਾਂ ਮੈਡੀਕਲ ਸਟੋਰ ਖੁੱਲ ਸਕਦੇ ਨੇ ਕੱਲੇ ਜਾਂ ਹੋਰ? ਓਨਲੀ ਹਾਲ ਤੱਕ ਮੈਡੀਕਲ ਸਟੋਰ ਸੀ, ਅਤੇ ਇੱਕ ਜਿਹੜੇ ਡੇਅਰੀ ਪ੍ਰੋਡਕਟ ਹੈ ਜਿਵੇਂ ਹੋ ਗਏ ਆਪਣੇ ਦੁੱਧ ਵਾਲੀਆਂ ਦੁਕਾਨਾਂ ਹੋ ਗਈਆਂ, ਕੋਈ ਢਿੱਲ ਵਗੈਰਾ ਦਾ ਵੀ ਹੈ ਜਾਂ ਕੁਛ ਹੋ ਰਿਹਾ? ਜਿਵੇਂ DM ਸਾਹਿਬ ਦਾ ਹੁਕਮ ਆਊਗਾ ਜੀ, ਉਹਦੇ ਮੁਤਾਬਕ ਫਿਰ ਅੱਗੇ ਫਰਦਰ ਢਿੱਲ ਦੇ। ਹੁਣ ਫਿਰ ਤੁਸੀਂ ਕੀ ਕਾਰਵਾਈ ਕਰ ਰਹੇ ਹੋ? ਬੰਦ ਕਰਾ ਦੇ ਸਾਰਾ? ਹੁਣ ਅਸੀਂ ਇੱਕ ਰਾਊਂਡ ਲਗਾ ਰਹੇ ਹਾਂ, ਫਲੈਗ ਮਾਰਚ ਕਰ ਰਹੇ ਹਾਂ, ਅਤੇ ਜਿਹੜੀ ਵੀ ਸਾਨੂੰ ਕੋਈ ਓਪਨ ਮਿਲਦੀ ਹੈ ਦੁਕਾਨ ਤੋਂ ਜ਼ਰੂਰ ਕੱਢ ਦੇ। ਇਹ ਦੇਖੋ ਕੋਈ ਜਿਵੇਂ ਪਹਿਲਾਂ ਰਿਲੈਕਸ ਕੀਤਾ ਹੋਇਆ ਸੀਗਾ ਕਿ ਇਹ ਕੁਛ ਦੁਕਾਨ ਆਵਾਜ਼ ਕੌਮ TV ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।